पंजाब सरकार द्वारा नीले कार्डों पर गरीबों को वितरण किए गए 2 रुपये किलो गेहूं की खराब गुणवत्ता के कारण चेला मोड़ कॉलोनी में लोगों ने खराब और बदबूदार गेहूं के कारण गेहूं के ट्रक को वापस भेजा और पंजाब सरकार और हलका विधायक के खिलाफ की जमकर नारेबाजी। जिस संबंधित चेला मोड़ कॉलोनी भिक्कीविंड के लाभार्थियों गुरमीत सिंह, मनजीत सिंह प्यारो और हरनाम कौर ने दर्जनों सहित अन्य लाभार्थियों ने कहा कि कल हमारी कॉलोनी में गेहूं वितरण किया गया था जिसे हम अपने घर ले गए और जब हमने गेहूं की बोरी को खोला तो हमने ये देखा कि गेहूं बहुत खराब गुणवत्ता का था और गेहूं की खराब गंध आ रही थी। गेहूं को मिल में भेज दिया गया। मिल मालिक ने यह कहते हुए गेहूं लेने से इनकार कर दिया कि गेहूं खराब गुणवत्ता का है। उन्होंने मांग की कि इस संबंधित निरीक्षण गीले और मोटे गेहूं की सप्लाई करने वाले फूड इंस्पेक्टर गुरजीत सिंह के खिलाफ पंती कार्रवाई की जानी चाहिए। उन्होंने कहा कि जब हमने इस बारे में गुरजीत सिंह से बात की तो उन्होंने हमसे खराब भाषा का इस्तेमाल किया और कहा कि अगर आप गेहूं नहीं लेते हैं तो इसे वापस भेजें, हमारे पास यही गेहूं है। उस गेहूं की गुणवत्ता इतनी बुरी थी कि अगर इसे हम अपने बच्चों को खिलाएंगे तो वे बीमार हो जाएंगे। मौके पर पहुंचे कॉमरेड सुखदेव सिंह ने कहना है कि गाय और भैंसे भी खराब गुणवत्ता के गेहूं को नहीं खाते हैं जो सरकारी मूल्य पर गरीबों को बेचा जा रहा है। नगर पंचायत भिक्कीविंड के पूर्व अध्यक्ष अमरजीत सिंह ढिल्लो ने हलका विधायक पर आरोप लगाया कि उन्होंने निरीक्षकों को गरीबों को लूटने दिया और सुरेश के गोदामों के निरीक्षण गुरजीत सिंह हमेशा विवादों में रहे। इसकी जांच होनी चाहिए क्योंकि यह सभी निरीक्षक गेहूं में करोड़ों रुपए कमा रहे हैं जो सरकार गरीबों को सस्ते दर पर खाद्य आपूर्ति निरीक्षक गुरजीत सिंह से संपर्क किया तो उन्होंने सभी आरोपों से इनकार किया। ਇੱਥੇ ਪੂਰਾ ਦੇਸ਼ ਕਰੋਨਾ ਨਾਲ ਲੜ ਰਿਹਾ ਹੈ ਉੱਥੇ ਅੱਜ ਸਾਡੇ ਭਿੱਖੀਵਿੰਡ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਆ 2 ਰੁਪਏ ਕਿਲੋ ਵਾਲੀ ਕਣਕ ਹੈ ਜਿਹੜੀ ਆਟਾ ਦਾਲ ਵਾਲੀ ਬਹੁਤ ਹੀ ਘਟੀਆ ਜਿਹੜੀ ਹੈ ਅਤੇ ਬਹੁਤ ਹੀ ਨਿਕੰਮੀ ਜਿਹੜੀ ਕਣਕ ਆ ਜਿਹੜੀ ਕਿ ਲੋਕਾਂ ਦੇ ਬਿਲਕੁਲ ਡੰਗਰਾਂ ਦੇ ਖਾਣ ਯੋਗ ਵੀ ਨਹੀਂ ਹੈਗੀ ਉਹ ਕਣਕ ਗਰੀਬਾਂ ਨੂੰ ਦਿੱਤੀ ਜਾ ਰਹੀ ਆ ਇਹ ਕਿਉਂਕਿ ਇੱਥੋਂ ਦੇ ਹਲਕਾ ਵਿਧਾਇਕ ਜਿਹੜੇ ਆ ਉਹ ਇਹਦੇ ਵਿੱਚ ਬਿਲਕੁਲ ਇੰਟਰਸਟ ਨਹੀਂ ਹੈਗੇ ਮਤਲਬ ਕਿ ਆ ਉਹਨਾਂ ਨੇ ਸਿੱਧਾ ਇੰਸਪੈਕਟਰਾਂ ਨਾਲ ਗੱਲਬਾਤ ਕੀਤੀ ਆ ਇੰਸਪੈਕਟਰ ਕਿਸੇ ਗੱਲ 'ਤੇ ਕਿਸੇ ਕੁਲ 'ਤੇ ਆਉਣ ਨੂੰ ਤਿਆਰ ਨਹੀਂ ਹੈਗੇ ਉਹ ਸਿੱਧਾ ਹੀ ਗਰੀਬਾਂ ਨੂੰ ਕਹਿਣ ਡਿਆ ਕਿਉਂਕਿ ਉਹਨੂੰ ਹਲਕਾ ਵਿਧਾਇਕ ਦੀ ਸ਼ਹਿ ਆ ਉਹ ਕਹਿਣ ਡਿਆ ਵੀ ਅਸੀਂ ਤਾਂ ਇੱਦਾਂ ਦੀ ਦੇਣੀ ਜੇ ਮਰਜ਼ੀ ਲੈ ਜਾਓ ਮਰਜ਼ੀ ਨਾ ਲੈ ਜਾਓ ਨਹੀਂ ਤਾਂ ਗੱਡੀ ਵਾਪਸ ਲੈ ਜਾਵਾਂਗੇ। ਉਹ ਲੋਕਾਂ ਨੂੰ ਸਿੱਧੀਆਂ ਧਮਕੀਆਂ ਦੇ ਜਾਂਦੇ ਆ ਵੀ ਜੋ ਕਿ ਸਿੰਘਪੁਰਾ ਗਦਾਮ ਹੈ ਜਿਹੜਾ ਉਹਦੇ ਗੁਰਜੀਤ ਦਾ ਹੈਗਾ ਇੰਸਪੈਕਟਰ ਦਾ ਉਹਦੇ ਵਿੱਚ ਸਭ ਤੋਂ ਪੁਰਾਣੀ ਕਣਕ ਜਿਹੜੀ ਪਿਛਲੇ ਸਾਲ ਦੀ ਵੀ ਲੱਗੀ ਆ ਉੱਥੇ ਅੱਜ ਤੱਕ ਉਹੀ ਕੱਟ ਕੱਟ ਕੇ ਉਹ ਦੇਈ ਜਾਣ ਡਿਆ ਅਤੇ ਜੋ ਕਿ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਆ ਉਹਦੀ ਚੈਕਿੰਗ ਕੀਤੀ ਜਾਵੇ ਤਾਂ ਉੱਥੇ ਹੋਣੀ ਚਾਹੀਦੀ ਆ। ਪਤਾ ਜੀ ਕੋਈ ਦੋਸ਼ ਲਾਉਂਦੇ ਲੋਕ ਕੁਛ ਉੱਥੇ ਵੀ ਉੱਥੇ ਉਹਨਾਂ ਬੋਰ ਲਾਇਆ ਵੱਡਾ ਪਾਣੀ ਵਾਲਾ ਅਤੇ ਕਣਕ 'ਤੇ ਪਾਣੀ ਪਾ ਪਾ ਕੇ ਉਹ ਗਲ ਜਾਂਦੀ ਹੁੰਦੀ ਕਰਦੇ ਉਹ ਨਾ ਕਣਕ ਜਿਹੜੀ ਆ ਇਹ ਮਤਲਬ ਕਿ ਆ ਆਪਦੀ ਉੱਥੋਂ ਮਤਲਬ ਇੱਕ ਤਾਂ ਵੈਸੇ ਤੋੜੇ ਦੀ ਭਰਤੀ ਘੱਟ ਆ ਤਾਂ ਉਹਨੂੰ ਮਤਲਬ ਪੂਰਾ ਕਰਨ ਲਈ ਉਹਦੇ ਵਿੱਚ ਪਹਿਲਾਂ ਇਹਨਾਂ ਨੇ ਕੱਢ ਲਈ ਆ ਤੋੜਿਆ ਦੇ ਵਿੱਚੋਂ ਜਿਹੜੀ 30 ਕਿਲੋ ਦੀ ਭਰਤੀ ਆ ਉਹਦੀ 25 ਕਿਲੋ ਕੀਤੀ ਆ ਉਹਦੇ 'ਤੇ ਹੁਣ ਪਾਣੀ ਪਾ ਪਾ ਕੇ ਜਿਹੜਾ ਉੱਥੋਂ ਇਹਨੂੰ ਪੂਰੀ ਕਰਕੇ ਇਹ ਗਰੀਬਾਂ ਨੂੰ ਤਾਂ ਜਿਹਦੇ ਕਰਕੇ ਕਣਕ ਗਲ ਜਾਂਦੀ ਪਾ ਇਹਦਾ ਕਰਕੇ ਕੰਮ ਗਲੀ ਆ ਜਿਹੜੀ ਅਸੀਂ ਗਲੀ ਸਕਦੇ ਹਾਂ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਜੀ ਸਰਕਾਰ ਕੋਲੋਂ ਮੰਗ ਤੇ ਸਰਕਾਰ ਤੇ ਮਤਲਬ ਖੁਦ ਕਰਾਉਣ ਦੀ ਹੈ ਸਾਰਾ ਕੁਝ ਉੱਤੋਂ ਲੈ ਕੇ ਹੇਠੋਂ ਤੱਕ ਹੀ ਹੋਣ ਡਿਆ ਵਾ ਪਰ ਫਿਰ ਵੀ ਅਸੀਂ ਉੱਤੇ ਮੰਗ ਕਰਦੇ ਹਾਂ ਵੀ ਇਹ ਜਿਹੜੀ ਕਣਕ ਇਹਦੀ ਚੈਕਿੰਗ ਕੀਤੀ ਜਾਵੇ ਗੋਦਾਮ ਦੀ ਅਤੇ ਇਹ ਜਿਹੜੀ ਲੋਕਾਂ ਨੂੰ ਇਹ ਸਹੀ ਅਤੇ ਸੁੱਧ ਕਣਕ ਜਿਹੜੀ ਆ ਨਵੀਂ ਕਣਕ ਜਿਹੜੀ ਹੋਣ ਆ ਕੀ ਪਰ ਭਰਾਈ ਹੈ ਉਹਦੇ ਵਿੱਚੋਂ ਦਿੱਤੀ ਜਾਵੇ ਕਿ ਇਹ ਪੁਰਾਣੀ ਕਣਕ ਨਾ ਦਿੱਤੀ ਜਾਵੇ। ਵੀ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਸਰਕਾਰ ਦਾ ਤਾਂ ਖਰਚਾ ਉਹ ਹੁੰਦਾ ਪਰ ਜਿਹੜੇ ਵਿਚਕਾਰ ਇੰਸਪੈਕਟਰ ਆ ਉਹ ਕਮਾਈ ਕਰੀ ਜਾਂਦੇ ਨਾ? ਉਹ ਹੀ ਮੋਟੀ ਕਮਾਈ ਕਰੀ ਜਾਂਦੀ ਨੇ ਤਾਂ ਕਣਕ ਉਹੀ ਦੇਣੀ ਆ ਅਤੇ ਪਰ ਉਹ ਜਿਹੜੀ ਆ ਉਹ ਕਣਕ ਦੇ ਵਿੱਚੋਂ ਕੱਢ ਕੇ ਅਤੇ ਪੁਰਾਣੀ ਗਲੀ ਸੜੀ ਕਣਕ ਪਾ ਕੇ ਵਿੱਚ ਉਹ ਦੇਈ ਜਾ ਰਹੇ ਨਵੀਂ ਕਣਕ ਜਿਹੜੀ ਆ ਉਹ ਉਹਨਾਂ ਨੇ ਸਾਈਡ 'ਤੇ ਲਾਈ ਹੈ ਜੇ ਕੋਈ ਆਉਂਦਾ ਚੈਕਿੰਗ ਕਰਨ ਅਧਿਕਾਰੀ ਉਹਨੂੰ ਨਵੀਂ ਕਣਕ ਖਾ ਦੇ ਪੁਰਾਣੀ ਕਣਕ ਤਾਂ ਦੱਸ ਦੇਣਗੇ ਇਹਨੂੰ ਜਿਹੜੀ ਗਰੀਬਾਂ ਨੂੰ ਖਵਾਉਣ ਦੇ। ਬਿਲਕੁਲ ਗੁਰਮੀਤ ਸਿੰਘ ਜੀ ਅਤੇ ਅੱਜ ਕੀ ਮਸਲਾ ਜਿਹੜਾ ਤੁਹਾਡਾ ਆਪਣਾ ਕਣਕ ਦਾ ਜੀ? ਇਹ ਜੀ ਕਣਕ ਵੰਡ ਕੇ ਗਿਆ ਆਪਣਾ ਕੱਲ੍ਹ ਵੀ ਵੰਡ ਕੇ ਗਿਆ ਜਿਹੜੀ ਕਣਕ ਉਹ ਵੀ ਮਾੜੀ ਆ ਜੇ ਆਪਾਂ ਡੰਗਰ ਉਹਨੂੰ ਪਾਈਏ ਉਹ ਵੀ ਨਹੀਂ ਖਾਣਗੇ। ਅਤੇ ਅੱਜ ਜਿਹੜੀ ਕਣਕ ਲਿਆਉਂਦੀ ਆ? ਅੱਜ ਜਿਹੜੀ ਲਿਆਉਂਦੀ ਆ ਗੱਡੀ ਤੁਹਾਡੇ ਸਾਹਮਣੇ ਆ ਇਹਦੇ ਵਿੱਚੋਂ ਜੇ ਮਤਲਬ 200 ਤੋੜਾ ਹੋਊਗਾ ਸਾਰੇ 25 ਤੋੜੇ ਸਹੀ ਹੋਣਗੇ ਬਾਕੀ ਸਾਰੀ ਅਸੀਂ ਤੁਹਾਨੂੰ ਖੋਲ੍ਹ ਕੇ ਵਿਖਾਤੀ ਆ ਉਹ ਵੀ ਮਾੜੀ ਆ ਜੇ ਇੰਸਪੈਕਟਰਾਂ ਨੂੰ ਸਵੇਰ ਦੇ 7 ਵਜੇ ਦੇ ਫੋਨ ਕਰਨਾ ਆ ਕੋਈ ਨਹੀਂ ਸਾਡੀ ਗੱਲ ਸੁਣ ਡਿਆ ਕਹਿੰਦਾ ਜੇ ਤੁਸੀਂ ਲੈਣੀ ਹੈ ਤਾਂ ਲਓ ਜੇ ਨਹੀਂ ਆ ਤਾਂ ਸਾਡੀ ਗੱਡੀ ਵਾਪਸ ਆ ਜੂਗੀ ਗੱਡੀ ਮੋੜ ਦਿਓ ਸਾਨੂੰ ਕੋਈ ਟੈਨਸ਼ਨ ਨਹੀਂ ਆ ਜਿਹੜੇ ਇੰਸਪੈਕਟਰ ਆ ਉਹ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਜਿਹੜੀ ਕੱਲ੍ਹ ਕਣਕ ਆਈ ਆ ਉਹ ਵੀ ਨਹੀਂ ਵਾਪਸ ਕਰਨ ਦਾ ਨਾਂ ਲੈਂਦਾ ਸਾਡਾ ਡਿਪੂ ਹੋਲਡਰ ਹੈਗਾ ਲਾਟੀ ਲਾਟੀ ਸ਼ਾਹ ਆਪਣੀ ਇੱਥੇ ਆ ਕਣਕ ਵਹਾਓਗੇ ਕਿਹੋ ਜਿਹੀ ਤੋੜੇ ਆ ਵੇਖੋ ਬਾਊ ਜੀ ਕਣਕ ਆ ਵੇਖੋ ਸੜੀ ਵਿੱਚ ਆ ਕਣਕ ਜੇ ਸਾਡੇ ਇਨਸਾਨਾਂ ਦੇ ਖਾਣਾ ਤੇ ਆਹ ਦੇਖੋ ਬਾਊ ਜੀ ਕਣਕ
मोड़ कलोनी दे गई है मतलब कणक कणक खान योग नहीं मतलब काफी खराब है ढेले भी बजे है लोग दोष लाते हैं इंस्पेक्टर ने पुरानी कणक दी है या पुरानी रखी उन्हें समझ में लीक हो गया कणक जी भी की कणक गई है जी उसे केला कलोनी के पर जिनी कणक उ भेजी गई 413 कटे वो 413 के 13 ही सानू वापस भेज दते जबकि जो कणक लथूगी पिंड कोई खोल के विकूगा ਜਿਹੜੀ ਪਰਲੇ ਬੰਨੇ ਉਹ ਕਣਕ ਹੋਈ ਠੀਕ ਹੈ ਉਰਲੇ ਬੰਨੇ ਸਾਰੀ ਕਣਕ ਪਾਣੀ ਕਿਹਾ ਜੀ ਉਹਨਾਂ ਨੂੰ ਆਣ ਕੇ ਕਹਿ ਦੋ ਕਿ ਮੇਰੀ ਮੋਟਰ ਦਾ ਬੋਰ ਮੈਨੂੰ ਸਾਬਤ ਕਰ ਦੇਣ ਤੇ ਮੈਂ ਦੋਸ਼ੀ ਹੈ ਸਰ ਮੋਟਰ ਦਾ ਬੋਰ ਲੋਡ ਹੁੰਦੀ ਇੱਥੇ ਕਲਾਜ ਦੇ ਵਿੱਚ ਮੈਂ ਮੋਟਰ ਦਾ ਬੋਰ ਸਾਬਤ ਕਰ ਦੇਣ ਤੇ ਮੈਂ ਦੋਸ਼ੀ ਹੈ ਤੁਸੀਂ ਕਹਿੰਦੇ ਮੋਟਰ ਦਾ ਬੋਰ ਹੈਗਾ ਹੀ ਨਹੀਂ ਮੋਟਰ ਦਾ ਬੋਰ ਆ ਮੇਰੇ ਮਗਰਲੇ ਬੰਨੇ ਆ ਜੀ 100 ਫੁੱਟ ਦਾ ਮੋਟਰ ਦਾ ਬੋਰ ਆ ਸਿਰਫ ਆਉਣ ਲਈ ਉਹ ਸਿਰਫ ਇੱਕ ਟੈਂਕੀ ਭਰਨ ਵਾਸਤੇ ਤੇ ਬਾਥਰੂਮ ਯੂਜ਼ ਕਰਨ ਵਾਸਤੇ ਤੇ ਕਿੰਨੇ ਦਾ ਸਰ ਇੱਕ ਦਾ ਜਾਂ ਦੋ ਦਾ ਕਿੰਨੇ ਦਾ ਮੋਟਰ ਉਹ ਇੱਕ ਦੀ ਮੋਟਰ ਪੈਂਦੀ ਹੈ ਜੀ ਉਹਦੀ ਸਰ ਜਿਹੜਾ ਉਹ ਟਰੱਕ ਵਾਪਸ ਆਇਆ ਸੀ ਉਸ ਨੂੰ ਕਦੀ ਦੇ ਕਿਸੇ ਪੈਟਰੋਲ ਪੰਪ ਤੇ ਲੈ ਜਾਂਦਾ ਸੀ ਕਦੀ ਕਿਸੇ ਤੇ ਅੰਦਰ ਕਿਉਂ ਨਹੀਂ ਸੀ ਵੜ ਰਿਹਾ ਕਿਹੜਾ ਜੀ ਕਿਹੜਾ ਵਾਪਸ ਸਾਡੇ ਕੋਲ ਟਰੱਕ ਖੜਾ ਸੀ ਅੰਦਰ ਹੁਣ ਲਾ ਕੇ ਸਾਡੇ ਕੋਲ ਖਾਲੀ ਹੋ ਕੇ ਗਿਆ ਉਹ ਬਾਹਰ ਜੋ ਮਰਜ਼ੀ ਕਰਨੇ ਕਿਉਂਕਿ ਮੇਰੇ ਕੋਲ ਤਾਂ ਟਰੱਕ ਗਿਆ ਨਹੀਂ ਤੁਸੀਂ ਨਾਲੇ ਕਹਿੰਦੇ ਨਾ ਕੱਲ ਵੰਡਦੀ ਪਰ ਕੱਲ ਤਾਂ ਟਰੱਕ ਵਾਪਸ ਆ ਗਿਆ ਤੁਹਾਨੂੰ ਵਾਪਸ ਕਰ ਦਿੰਦਾ ਨਹੀਂ ਟਰੱਕ ਵਾਪਸ ਆ ਗਿਆ ਮੇਰੇ ਕੋਲ ਮੈਂ ਤਾਂ ਕਹਿੰਦੇ ਹੁਣ ਉਹ ਖਾਲੀ ਕਰਕੇ ਚਲੇ ਗਏ ਵਾਪਸ ਵਿਕੀਵਿੰਡ ਸੇ ਭੁਪਿੰਦਰ ਸਿੰਘ ਕੀ ਰਿਪੋਰਟ